ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਅੱਜ ਬਹੁਤ ਇੱਕ ਵਧੀਆ ਮੌਕਾ ਸੀ ਸਾਡੇ ਲਈ ਕਿ ਆਪਾਂ ਜਿਹੜੀ ਸਾਡੀ ਇੱਥੇ ਅਲ ਮੁਸਤਫਾ ਯੂਨੀਵਰਸਿਟੀ ਦਾ ਦਿੱਲੀ ਦਾ ਕੈਂਪਸ ਹੈ ਉਹਦੇ ਕੁਝ ਦੋਸਤਾਂ ਦੇ ਨਾਲ ਅਤੇ ਜਿਹੜੇ ਸਾਡੇ ਇੰਡੀਆ ਦੇ ਕੁਝ ਦੋਸਤ ਸਾਡੇ ਸੈਂਟਰ ਦੇ ਨਾਲ ਕੰਮ ਕਰਦੇ ਨੇ ਉਹਨਾਂ ਨਾਲ ਮਿਲ ਕੇ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ। ਔਰ ਸਿੱਖ ਬਰਾਦਰੀ ਦੇ ਜਿਹੜੇ ਰਿਸਪੈਕਟਫੁੱਲ ਲੋਕ ਨੇ ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ, ਜਨਰਲ ਸੈਕਟਰੀ ਸਾਹਿਬ, ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਸਾਡਾ ਅਲ ਮੁਸਤਫਾ ਯੂਨੀਵਰਸਿਟੀ ਦਾ ਅਤੇ ਈਰਾਨ ਦਾ ਮੰਨਣਾ ਇਹ ਹੈ ਕਿ ਜਿਤਨੇ ਵੀ ਇੰਡੀਅਨ ਸਬ ਕੰਟੀਨੈਂਟ ਦੇ ਲੋਕ ਹਨ ਔਰ ਇੱਥੇ ਦੇ ਜਿਤਨੇ ਧਰਮ ਹਨ, ਜਿਤਨੀਆਂ ਵਿਚਾਰਧਾਰਾ ਹਨ, ਉਹਨਾਂ ਸਾਰਿਆਂ ਦੀ ਇੱਕ ਬਹੁਤ ਨਜ਼ਦੀਕੀ ਸਮਾਨਤਾ ਜਿਹੜੀ ਉਹ ਈਰਾਨ ਦੇ ਨਾਲ ਬਣਦੀ ਹੈ ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਨਵੇਂ ਸਿਰੇ ਤੋਂ ਜ਼ਿੰਦਾ ਕੀਤਾ ਜਾਏ ਔਰ ਖਾਸ ਤੌਰ ਵਿੱਚ ਸਿੱਖ ਬਰਾਦਰੀ ਦੇ ਨਾਲ ਜਿਹੜੀ ਸਾਡੀ ਸਮਾਨਤਾ ਹੈ, ਜਿਹੜੀਆਂ ਸਾਡੀਆਂ ਸਾਂਝਾਂ ਹੈਗੀਆਂ, ਉਹਨਾਂ ਨੂੰ ਇੱਕ ਵਾਰ ਰਿਵਾਈਵ ਕੀਤਾ ਜਾਏ। ਖਾਸ ਤੌਰ ਵਿੱਚ ਸਿੱਖ ਬਰਾਦਰੀ ਜਿਹੜੀ ਹੈ ਉਹਦਾ ਦੁਨੀਆਂ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ, ਉਹਦਾ ਇਨਸਾਨੀਅਤ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ, ਅਖਲਾਕ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ, ਇਹ ਬਹੁਤ ਹੀ ਸਾਂਝਾ ਨਜ਼ਰੀਆ ਹੈ ਸਾਡੇ ਨਾਲ, ਮੁਸਲਮਾਨਾਂ ਦੇ ਨਾਲ ਇਨ ਜਨਰਲ ਅਤੇ ਈਰਾਨੀਆਂ ਦੇ ਨਾਲ। ਉਸ ਤੋਂ ਇਲਾਵਾ ਆਪਾਂ ਇਹ ਵੀ ਸੋਚਿਆ ਹੈ ਕਿ ਜੋ ਇੱਥੇ ਦੇ ਤੁਹਾਡੇ ਬੜੇ ਸੈਂਟਰਸ ਹੈਗੇ ਨੇ ਗੁਰਦੁਆਰੇ ਸਮੇਤ, ਯੂਨੀਵਰਸਿਟੀਆਂ, ਦੂਸਰੀਆਂ ਜਗ੍ਹਾ, ਉਹਨਾਂ ਦੇ ਨਾਲ ਜਿਹੜਾ ਆਪਾਂ MOU ਸਾਈਨ ਕਰੀਏ ਔਰ ਇੱਕ ਕੋਪਰੇਸ਼ਨ ਕਰੀਏ, ਇਸੇ ਬੇਸ 'ਤੇ ਜਿਹੜੀ ਸਾਡੀ ਸਾਂਝ ਚੱਲੀ ਆ ਰਹੀ ਹੈ ਉਸੇ ਨੂੰ ਬੁਨਿਆਦ ਬਣਾ ਕੇ ਆਪਾਂ ਅੱਗੇ ਜਿਹੜਾ ਉਹ ਫਾਰਸੀ ਜ਼ਬਾਨ, ਕਿਉਂਕਿ ਫਾਰਸੀ ਜ਼ਬਾਨ ਜਿਹੜੀ ਹੈ ਇੱਕ ਜ਼ਮਾਨੇ ਦੇ ਵਿੱਚ ਇੱਥੇ ਲੋਕਾਂ ਨੂੰ ਮਿਲਾਉਣ ਦੀ ਜ਼ਬਾਨ ਰਹੀ ਹੈ ਔਰ ਅੱਜ ਵੀ ਉਹ ਜ਼ਬਾਨ ਜਿਹੜੀ ਹੈ ਲੋਕਾਂ ਨੂੰ ਮਿਲਾਉਣ ਦਾ ਕੰਮ ਕਰ ਰਹੀ ਹੈ, ਉਸ ਨੂੰ ਰਿਵਾਈਵ ਕਰੀਏ। ਔਰ ਸਿੱਖ ਬਰਾਦਰੀ ਲਈ ਇਸ ਜ਼ਬਾਨ ਦੀ ਜਿਹੜੀ ਇੰਪੋਰਟੈਂਸ ਹੈ, ਕਿਉਂਕਿ ਤੁਹਾਡੀ ਜਿਹੜੀ ਧਾਰਮਿਕ ਕਿਤਾਬ ਉਹਨਾਂ ਦੇ ਵਿੱਚ ਵੀ ਆਉਂਦੀ ਹੈ ਅਤੇ ਉਹਦੇ ਲਈ ਛੋਟੇ ਕੋਰਸਿਸ ਆਪਾਂ ਬਣਾ ਸਕਦੇ ਹਾਂ, ਸੈਮੀਨਾਰ ਅਤੇ ਕਾਨਫਰੰਸਿਸ ਕਰ ਸਕਦੇ ਹਾਂ ਯੂਨੀਵਰਸਿਟੀਆਂ ਦੇ ਨਾਲ ਮਿਲ ਕੇ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਜਿਹੜੀ ਸਾਡੀ ਯੂਨੀਵਰਸਿਟੀ ਹੈ ਔਰ ਜਿਹੜੀਆਂ ਦੂਸਰੀਆਂ ਯੂਨੀਵਰਸਿਟੀਆਂ ਉਹਦੇ ਵਿੱਚ ਜਾਂ ਇੱਥੇ ਜਿਹੜੀਆਂ ਯੂਨੀਵਰਸਿਟੀਆਂ ਉਹਦੇ ਵਿੱਚ ਅਸੀਂ ਚੇਅਰਸ ਐਸਟੈਬਲਿਸ਼ ਕਰ ਸਕਦੇ ਹਾਂ, ਈਰਾਨ ਦੀ ਚੇਅਰ ਇੱਥੇ ਐਸਟੈਬਲਿਸ਼ ਹੋ ਜਾਏ, ਇੱਥੇ ਦੀ ਚੇਅਰ ਉੱਥੇ ਐਸਟੈਬਲਿਸ਼ ਹੋ ਜਾਏ ਅਤੇ ਇਸ ਬੇਸ 'ਤੇ ਜਿਹੜਾ ਆਪਾਂ ਮਿਲ ਜੁਲ ਕੇ ਬਹੁਤ ਕੰਮ ਕਰ ਸਕਦੇ ਹਾਂ, ਕਿਉਂਕਿ ਸਾਡਾ ਮੰਨਣਾ ਇਹ ਹੈ ਕਿ ਸਿੱਖ ਬਰਾਦਰੀ ਦੇ ਵਿੱਚ ਜਿਹੜਾ ਇਹ ਸਪਿਰਿਚੁਐਲਿਟੀ ਦਾ ਜਿਹੜਾ ਮੈਸੇਜ ਹੈ ਉਹ ਸਾਡੇ ਨਾਲ ਬਹੁਤ ਹੀ ਕਾਮਨ ਹੈ। ਔਰ ਇਨ ਜਨਰਲ ਜਿਹੜਾ ਆਪਾਂ ਇਹ ਸਮਝਦੇ ਹਾਂ ਕਿ ਜਿਹੜਾ ਦੇਸ਼ ਹੈ ਭਾਰਤ, ਜਿਹੜੀ ਕੰਟਰੀ ਹੈ, ਉਸ ਦੇ ਵਿੱਚ ਜਿਤਨੇ ਵੀ ਬੜੇ ਮਜ਼ਹਬ ਹਨ ਉਹਨਾਂ ਦੇ ਨਾਲ ਵੀ ਸਾਡੀ ਸਿਮਿਲਰਿਟੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬੜਾ ਹੀ ਇੱਕ ਦੋਸਤਾਨਾ ਮਾਹੌਲ ਸੀ ਜਦੋਂ ਆਪਾਂ ਬੈਠ ਕੇ ਗੱਲਬਾਤ ਕੀਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਸ ਗੱਲਬਾਤ ਦੇ ਨਤੀਜੇ ਜਿਹੜਾ ਆਪਾਂ ਆਪਣੇ ਪੁਰਾਣੇ ਜਿਹੜੇ ਤਲਕਾਤ ਹਨ, ਜਿਹੜੇ ਸਾਡੇ ਰਿਲੇਸ਼ਨ ਹਨ, ਉਹਨਾਂ ਨੂੰ ਬਹੁਤ ਹੋਰ ਵੀ ਸਟਰੈਂਥਨ ਕਰ ਪਾਵਾਂਗੇ ਔਰ ਜਿਹੜੀਆਂ ਸਾਡੀਆਂ ਸਾਂਝਾਂ ਹਨ, ਜਿਹੜੀਆਂ ਸਾਡੀ ਸਮਾਨਤਾ ਹਨ, ਉਹਨਾਂ ਨੂੰ ਬੇਸ ਬਣਾ ਕੇ ਇੱਕ ਦੂਸਰੇ ਨੂੰ ਕਰੀਬ ਲਿਆਉਣ ਦੀ ਕੋਸ਼ਿਸ਼ ਕਰਾਂਗੇ ਔਰ ਸਾਡਾ ਕੋਪਰੇਸ਼ਨ ਹਰ ਲੈਵਲ 'ਤੇ, ਚਾਹੇ ਉਹ ਯੂਨੀਵਰਸਿਟੀ ਲੈਵਲ 'ਤੇ ਹੈ, ਚਾਹੇ ਉਹ ਆਰਗਨਾਈਜੇਸ਼ਨ ਲੈਵਲ 'ਤੇ ਹੈ, ਚਾਹੇ ਕੋਰਸਿਸ ਡਿਵੈਲਪ ਕਰਨ ਦੇ ਲੈਵਲ 'ਤੇ ਹੈ, ਕਿਸੇ ਵੀ ਲੈਵਲ 'ਤੇ ਜਿਹੜਾ ਆਪਾਂ ਪੂਰੇ ਤਰੀਕੇ ਦੇ ਨਾਲ ਕੋਪਰੇਸ਼ਨ ਕਰਨ ਲਈ ਤਿਆਰ ਹਾਂ ਔਰ ਸਾਨੂੰ ਉਮੀਦ ਹੈ ਕਿ ਇਹ ਇੱਕ ਵਧੀਆ ਕੰਮ ਰਹੇਗਾ। ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਦੋਸਤਾਨਾ ਮਾਹੌਲ ਦੇ ਵਿੱਚ ਬਹੁਤ ਵਧੀਆ ਹੈ, ਇਹਦੇ ਵਿੱਚ ਆਪਾਂ ਇੱਕ ਨਿਯੋਤਾ ਵੀ ਦਿੱਤਾ ਹੈ ਸਿੱਖ ਬਰਾਦਰੀ ਦੇ ਜਿਹੜੇ ਇੰਪੋਰਟੈਂਟ ਲੋਕ ਹਨ, ਸੈਕਟਰੀ ਜਥੇਦਾਰ ਸਾਹਿਬ,
ਪ੍ਰਧਾਨ ਸਾਹਿਬ, ਜਨਰਲ ਸੈਕਟਰੀ ਸਾਹਿਬ ਔਰ ਇਹਨਾਂ ਦੇ ਨਾਲ ਜੋ ਵੀ ਲੋਕ ਇਹ ਚਾਹਣ ਆਪਣੇ ਡੈਲੀਗੇਸ਼ਨ ਵਿੱਚ ਲੈ ਕੇ, ਉਹਨਾਂ ਨੂੰ ਈਰਾਨ ਆ ਸਕਦਾ ਕੋਈ ਵੀ ਇੱਕ ਟਾਈਮ, ਜਿਹੜਾ ਆਪਾਂ ਦੋ ਪਾਸੋਂ ਡਿਸਾਈਡ ਕਰਕੇ ਕਿਸੇ ਨਤੀਜੇ 'ਤੇ ਪਹੁੰਚਾਂਗੇ ਕਿ ਕਿਸ ਟਾਈਮ ਉਹ ਆਉਣਾ ਚਾਹੁੰਦੇ ਹਨ, ਅਤੇ ਸਾਡੀ ਤਰਫੋਂ ਇਨਵਾਈਟ ਹੈ ਕਿ ਆ ਕੇ ਉੱਥੇ ਸਾਡੇ ਈਰਾਨ ਕੰਟਰੀ ਦੇ ਵਿੱਚ ਔਰ ਸਾਡੀ ਯੂਨੀਵਰਸਿਟੀ 'ਚ ਆ ਕੇ ਨੇੜੇ ਤੋਂ ਦੇਖਣ ਕਿ ਕਿਵੇਂ ਚੀਜ਼ਾਂ ਹੋ ਰਹੀਆਂ ਔਰ ਕਿਸ ਲੈਵਲ 'ਤੇ ਆਪਾਂ ਕੋਆਪਰੇਸ਼ਨ ਕਰ ਸਕਦੇ ਹਾਂ, ਤਾਂ ਕਿ ਇਸ ਵਿਜ਼ਿਟ ਤੋਂ ਬਾਅਦ ਜਿਹੜਾ ਹੈ ਕੋਆਪਰੇਸ਼ਨ ਹੋਰ ਅੱਛੇ ਲੈਵਲ 'ਤੇ ਕੀਤਾ ਜਾ ਸਕੇ। ਔਰ ਅਸੀਂ ਜਿਹੜਾ ਇਹਨਾਂ ਸਾਰਿਆਂ ਬੰਦਿਆਂ ਨੂੰ ਇਨਵਾਈਟ ਦੇ ਕੇ ਸਾਨੂੰ ਬੜੀ ਖੁਸ਼ੀ ਹੋਈ ਔਰ ਉਮੀਦ ਹੈ ਕਿ ਇਹਨਾਂ ਦੀ ਇਸ ਵਿਜ਼ਿਟ ਤੋਂ ਜਿਹੜਾ ਅੱਛੇ ਰਿਜ਼ਲਟਸ ਨਿਕਲਣਗੇ। ਬਿਲਕੁਲ, ਸਾਡੀ ਜਿਹੜੀ ਗੱਲਬਾਤ ਰਹੀ ਉਹਦੇ ਵਿੱਚ ਇਹ ਗੱਲ ਵੀ ਹੋਈ ਕਿ ਜਿਹੜੀ ਸਿੱਖ ਬਰਾਦਰੀ ਦੇ ਰਿਲੀਜਨ ਨੂੰ ਲੈ ਕੇ ਜਿਹੜੀਆਂ ਥਾਂ ਈਰਾਨ ਵਿੱਚ ਹੈਗੀਆਂ ਨੇ, ਖੁਦ ਜਿਹੜਾ ਈਰਾਨ ਦਾ ਕੈਪੀਟਲ ਹੈ ਤਹਿਰਾਨ, ਉਹਦੇ ਵਿੱਚ ਇੱਕ ਗੁਰਦੁਆਰਾ ਹੈ ਜਿਹੜਾ ਤਕਰੀਬਨ 60 ਸਾਲ ਪੁਰਾਣਾ ਹੈ ਔਰ ਉਹਦੇ ਨਾਲ ਜਿਹੜਾ ਉਹ ਈਰਾਨ ਦਾ ਇੱਕ ਸ਼ਹਿਰ ਹੈ ਖੁਰਮ ਸ਼ਹਿਰ, ਜਿਹਦੇ ਵਿੱਚ ਇੱਕ ਬੜੀ ਸਿੱਖ ਮਜ਼ਹਬ ਦੀ ਬੜੀ ਸ਼ਖਸੀਅਤ ਮਰਦਾਨਾ ਜੀ ਉੱਥੇ ਦਫਨ ਨੇ, ਜਾਂ ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਥਾਂ ਹੈਗੀਆਂ ਨੇ। ਇਹ ਵੀ ਗੱਲ ਡਿਸਕਸ ਹੋਈ ਕਿ ਜਦੋਂ ਤੁਹਾਡਾ ਡੈਲੀਗੇਸ਼ਨ ਉੱਥੇ ਆਏਗਾ ਤਾਂ ਸਾਡੀ ਜਿਹੜੀ ਮਿਨਿਸਟਰੀ ਹੈ ਕਲਚਰ ਦੀ, ਉਹਦੇ ਨਾਲ ਮਿਲ ਕੇ ਆਪਾਂ ਇਹਨਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਵੀ ਸਾਡੇ ਵੱਲੋਂ ਸਪੋਰਟ ਹੋਏਗੀ ਉਹ ਜ਼ਰੂਰ ਕੀਤੀ ਜਾਏਗੀ। ਇਸ ਚੀਜ਼ ਨੂੰ ਦੇਖਦੇ ਹੋਇਆਂ ਕਿ ਈਰਾਨ ਜਿਹੜਾ ਉਹਦੇ ਵਿੱਚ ਇਹ ਜਿਹੜਾ ਪੂਰਾ ਈਸਟਰਨ ਇਲਾਕਾ, ਇਹਦੀ ਕਾਫੀ ਵਿਰਾਸਤ ਲਿਖਤ ਰੂਪ ਵਿੱਚ ਮੌਜੂਦ ਹੈ ਔਰ ਈਰਾਨ ਦੀਆਂ ਜਿਹੜੀਆਂ ਕੁਝ ਲਾਇਬ੍ਰੇਰੀਆਂ, ਜਿਸਦਾ ਈਰਾਨ ਦੀ ਪਾਰਲੀਮੈਂਟ ਦੀ ਲਾਇਬ੍ਰੇਰੀ ਹੈ, ਆਸਥਾਨ ਕੁਦਸ ਜਿਹੜੀ ਮਸ਼ਹਦ ਦੀ ਲਾਇਬ੍ਰੇਰੀ ਹੈ ਔਰ ਆਇਤੁੱਲਾ ਮਾਰਾਸ਼ੀ ਨਜਫੀ ਦੀ ਜਿਹੜੀ ਕੌਮ ਦੇ ਵਿੱਚ ਲਾਇਬ੍ਰੇਰੀ ਹੈ, ਈਰਾਨ ਦੀਆਂ ਬੜੀਆਂ ਲਾਇਬ੍ਰੇਰੀਆਂ, ਉੱਥੇ ਅੱਛਾ ਖਾਸਾ ਜਿਹੜਾ ਉਹ ਜ਼ਖੀਰਾ ਹਿੰਦੁਸਤਾਨ ਦੇ ਬਾਰੇ 'ਚ ਔਰ ਦੂਸਰੇ ਜਿਹੜੀ ਆਸ ਪਾਸ ਦੀਆਂ ਕੌਮਾਂ ਦੇ ਬਾਰੇ 'ਚ ਮੌਜੂਦ ਹੈ। ਉਹਦੇ ਵਿੱਚ ਪੰਜਾਬੀਆਂ ਦਾ ਵੀ ਯਕੀਨੀ ਤੌਰ ਪਰ, ਕਿਉਂਕਿ ਜ਼ਬਾਨ ਤਾਂ ਫਾਰਸੀ ਰਹੀ ਹੈ ਔਰ ਉਹਦੇ ਵਿੱਚ ਸਾਰੀ ਇੱਥੇ ਦੀ ਹਿਸਟਰੀ ਮੌਜੂਦ ਹੈ ਔਰ ਸਾਡਾ ਜਿਹੜਾ MOU ਹੋ ਸਕਦਾ ਹੈ ਜਿਹੜਾ ਆਪਾਂ ਕਰਨ ਵਾਲੇ ਹਾਂ, ਉਹਦੇ ਵਿੱਚ ਇਹ ਗੱਲ ਵੀ ਹੋ ਸਕਦੀ ਹੈ ਕਿ ਉਹ ਸਾਰੀ ਜਿਹੜੀ ਸਾਡੀ ਹੈਰੀਟੇਜ ਹੈ ਸਿੱਖ ਬਰਾਦਰੀ ਦੇ ਬਾਰੇ 'ਚ ਜਿਹੜੀ ਚੀਜ਼ ਮੌਜੂਦ ਹੈ, ਹੋ ਸਕਦਾ ਪੰਜਾਬੀ 'ਚ ਹੋਏ ਜਾਂ ਨਾ ਹੋਏ, ਲੇਕਿਨ ਫਾਰਸੀ ਤਾਂ ਆਫਕੋਰਸ ਹੈ, ਉਹਨੂੰ ਵੀ ਰਿਵਾਈਵ ਕੀਤਾ ਜਾ ਸਕਦਾ। ਇੱਕ ਗੱਲ ਇਹ ਵੀ ਇਸ ਸਾਡੇ MOU ਵਿੱਚ ਆਏਗੀ। ਦਿੱਲੀ ਦੇ ਵਿੱਚ ਗ੍ਰੇਟਰ ਨੋਇਡਾ ਦੇ ਵਿੱਚ ਇੱਕ ਐਜੂਕੇਸ਼ਨ ਸੈਂਟਰ, ਲੈਂਗੁਏਜ ਦਾ ਐਜੂਕੇਸ਼ਨ ਸੈਂਟਰ ਖੋਲ੍ਹਿਆ ਅਤੇ ਪ੍ਰੋਫੈਸਰ ਅਬਾਸੀ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਅਤੇ ਪ੍ਰੋਫੈਸਰ ਸਾਹਿਬ ਨੇ ਵੀ ਮਤਲਬ ਇੱਥੇ ਆਉਣ ਦੀ ਖੁਆਇਸ਼ ਜ਼ਾਹਿਰ ਕੀਤੀ ਗੁਰੂ ਰਾਮਦਾਸ ਜੀ ਦੇ ਸਥਾਨ 'ਤੇ ਔਰ ਸਿੱਖ ਮਜ਼ਹਬ ਦੇ ਨਾਲ ਪਰਟੀਕੁਲਰਲੀ ਇਹਨਾਂ ਨੇ ਆਪਣਾ ਬਹੁਤ ਹੀ ਯਕਜਤੀ ਜ਼ਾਹਿਰ ਕੀਤੀ ਅਤੇ ਉਨ ਉਸ ਜਿਹੜਾ ਉਹਦੇ ਫਲਸਰੂਪ ਅਸੀਂ ਅੱਜ ਇਹਨਾਂ ਨੇ ਖੈਰ ਮੱਦਮ ਕੀਤਾ। ਪ੍ਰੋਫੈਸਰ ਅਬਾਸੀ ਨੇ ਅਲ ਮੁਸਤਫਾ ਯੂਨੀਵਰਸਿਟੀ ਦੇ ਹੈੱਡ ਨੇ, ਰਜਾ ਸਿਕਰੀ ਸਾਹਿਬ ਨਾਲ PA ਸਾਹਿਬ ਹੈ ਸਭ, ਜਿਹੜਾ ਇਹਨਾਂ ਦਾ ਪੂਰਾ ਵਫਦ ਹੈ ਇਹ ਹਾਜ਼ਰ ਹੋਇਆ ਅਤੇ ਅੱਜ SCP ਵੱਲੋਂ ਵੀ ਸਾਡੇ ਪ੍ਰਧਾਨ ਸਾਹਿਬ ਨੇ ਵੀ ਔਰ ਅੱਜ ਇਹਨਾਂ ਨਾਲ ਬੈਠ ਕੇ ਜੋ ਸਾਡੀ ਮੀਟਿੰਗ ਹੋਈ ਹੈ, ਮਹਿਤਾ ਸਾਹਿਬ, ਧਾਮੀ ਸਾਹਿਬ ਔਰ ਸਾਡੇ ਸਨਮਾਨਯੋਗ ਜਥੇਦਾਰ ਸਾਹਿਬ, ਸਭ ਨੇ ਮਿਲ ਕੇ ਅੱਜ ਇੱਕ ਨਵੀਂ ਇੱਕ ਪਿਰਤ ਪਾਈ ਹੈ ਸ਼੍ਰੋਮਣੀ ਕਮੇਟੀ ਨੇ ਵੀ ਔਰ ਅਸੀਂ ਇੱਕ ਨਵੀਂ ਪਿਰਤ ਪਾ ਕੇ ਚੱਲ ਰਹੇ ਹਾਂ ਕਿ ਜਿਹੜਾ ਸਿੱਖ ਇਤਿਹਾਸ, ਜਿਹੜੀ ਸਾਡਾ ਵਿਰਾਸਤੀ ਇਤਿਹਾਸ ਜਿਹੜਾ ਕਿ ਬਹੁਤ ਹੀ ਜਿਹੜਾ ਹੈ ਫਾਰਸੀ ਦੇ ਵਿੱਚ ਪਿਆ ਹੋਇਆ, ਉਹਨੂੰ ਕਿੱਦਾਂ ਮੁੜ ਸੁਜੀਵ ਕਰਨਾ ਔਰ ਉਸ ਲੈਂਗੁਏਜ ਨੂੰ, ਫਾਰਸੀ ਲੈਂਗੁਏਜ ਦੀ ਜਿਹੜੀ ਸਮਝ ਹੈ ਉਹ ਸਾਡੇ ਜਿਹੜੇ ਸਕੋਲਰਸ ਨੇ ਉਹਨਾਂ ਤੱਕ ਕਿੱਦਾਂ ਲੈ ਕੇ ਜਾਣੀ ਹੈ, ਉਹਨਾਂ ਲਈ ਅੱਜ ਸਹਿਯੋਗ ਦਾ ਇੱਕ ਸਾਡੀ ਗੱਲਬਾਤ ਹੋਈ ਹੈ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਆਉਣ ਦਾ ਵੀ ਔਰ SGPC ਦਾ ਵੀ, ਕਿ ਵੀ ਇਹਨਾਂ ਨੇ ਇਸ ਜਿਹੜਾ ਹੈ ਇਸ ਨੋਟ ਤੋਂ ਇਸ ਜਿਹੜਾ ਇੱਕ ਜਿਹੜਾ ਨਿਗਾਰ ਵੱਲ ਗੱਲ ਕਹੀ ਹੋਈ ਸੀ ਉਹਨੂੰ ਉਹਦਾ ਮਿਆਰ ਉੱਚਾ ਚੁੱਕਣ ਲਈ ਅੱਜ ਇੱਕ ਮਾਹਿਦਾ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।